ਇਸ ਬਾਅਦ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ? ਸਾਡਾ ਤਾਂ ਜੀ ਐਤਕੀ ਕਿਸੇ ਨੂੰ ਮਨ ਨਹੀਂ ਵੋਟ ਪਾਉਣ ਦਾ। ਕਾਰਨ ਇਹ, ਸਾਡੇ ਰੋਡ 'ਤੇ ਤਾਂ ਪਾਣੀ ਕਿਸ਼ਤੀਆਂ ਵਾਲਾ ਕੰਮ ਬਣ ਜਾਂਦਾ ਜਦੋਂ ਆਉਂਦਾ, ਕਿਸੇ ਪਾਸੇ ਲੰਘਣ ਨੂੰ ਰਸਤਾ ਨਹੀਂ ਗਾ। ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਗਾ, ਰਾਤ ਨੂੰ ਬੰਦਾ ਜਾ ਵੜੇ। ਕੋਈ ਬੱਸ ਅੱਡੇ ਦੇ ਵਿੱਚ ਜਾ ਵੜੇ ਤਾਂ ਨਹੀਂ ਉੱਥੇ ਕੋਈ ਵੀ ਕਿੱਧਰ ਦੀ ਚੜੂਗਾ ਅਗਲਾ, ਇਹਨੂੰ ਪਤਾ ਵੀ ਬੱਸ ਜਾਊ ਕਿੱਧਰ ਨੂੰ ਇੱਧਰ ਦੀ। ਲੋਕ ਬਾਹਰੋਂ ਆਉਂਦੇ ਆ, ਕਹਿੰਦੇ ਇੱਥੋਂ ਵੀ ਲੰਘੀ ਕਿੱਧਰ ਦੀ ਯਾਰ, ਤੁਹਾਡੇ ਆਉਂਦੇ ਹੀ ਨਹੀਂ, ਰਿਸ਼ਤੇਦਾਰ ਨਹੀਂ ਆ ਕੇ ਖੁਸ਼। ਜੈਤੋਂ ਮੰਡੀ ਦਾ ਤਾਂ ਆਹ ਹਾਲ ਹੋਇਆ ਪਿਆ। ਇੱਥੋਂ ਆਪਣੇ ਇਸ ਹਲਕੇ ਤੋਂ ਆਪਣੇ ਕੋਈ ਲੀਡਰ ਹੀ ਨਹੀਂ ਮਿਲਿਆ ਇੱਥੋਂ, ਚੱਜ ਦਾ ਇਹਨਾਂ ਨੇ ਬਾਹਰੋਂ ਲਿਆ ਕੇ ਪੈਰਾਸ਼ੂਟਰਾਂ ਹੀ ਤਾਰਤੇ ਇੱਥੇ ਜੀ। ਬੁਰਾ ਹਾਲ ਆ ਯਾਰ ਇਹਨਾਂ ਦਾ, ਜਿੰਨੇ ਲੀਡਰ ਹੈਗੇ ਆ ਸਾਰੇ, ਇਹ ਆਪਦਾ ਘਰ ਭਰਨ 'ਤੇ ਹੀ ਆ ਬਸ। ਆ ਜੈਤੋਂ ਦਾ ਬੁਰਾ ਹਾਲ ਆ ਜੀ ਵੇਖੋ। ਜਿਹੜਾ ਸਾਡਾ ਇੱਥੇ ਸਿਸਟਮ ਚੱਲ ਰਿਹਾ ਹੈ, ਉਹ ਸਿਸਟਮ ਹੈਗਾ ਕੋਆਪਰੇਟ ਘਰਾਣਿਆਂ ਦਾ। ਕੋਆਪਰੇਟ ਘਰਾਣੇ ਇੱਥੇ ਸਾਡੇ 'ਤੇ ਰਾਜ ਕਰ ਰਹੇ ਹੈ, ਉਹਨਾਂ ਦੀਆਂ ਰਖਿਆਲੇ ਸਰਕਾਰਾਂ। ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਰਸੇ ਵਾਲੇ ਦੇ ਗੀਤ ਗਾਈ ਜਾਂਦਾ ਬਾਈ, ਜਿਹੜਾ ਕਲਾਕਾਰ ਆ। ਇਸ ਵਾਰ ਫਰੀਦਕੋਟ ਵਿੱਚ ਕਿਸ ਨੂੰ ਵੋਟ ਪਾ ਕੇ ਜਿਤਾਉਂਗੇ? ਅਸੀਂ ਕਿਸੇ ਨੂੰ ਨਹੀਂ ਵੋਟ ਪਾਉਣਾ ਚਾਹੁੰਦੇ ਜੀ, ਅਸੀਂ ਨੋਟਾਂ ਦਾ ਬਟਨ ਦਬਾਵਾਂਗੇ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾਉਂਗੇ? ਸਾਧੂ ਸਿੰਘ ਨੂੰ ਜੀ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਣਾ ਜੀ? ਸਾਨੂੰ ਤਾਂ ਜੀ ਕੈਂਡੀਡੇਟ ਉਹ ਚਾਹੀਦਾ ਵੀ ਜਿਹੜਾ ਸਾਡੇ ਸਾਹਮਣੇ ਮੱਥੇ ਲੱਗੇ ਕੰਮ ਧੰਦੇ ਵਿੱਚ ਹੈ। ਇਹ ਨਾ ਹੋਵੇ ਬਈ ਅਸੀਂ ਉਸ ਨੂੰ ਪੁੱਛੀ ਜਾਂਦੇ ਹਾਂ ਸਾਡਾ ਕੋਈ ਕੰਮ ਹੈ, ਉਹ ਫੋਨ 'ਤੇ ਪਿਆ ਤਾਂ ਅੰਦਰ ਹੋਵੇ ਅਤੇ ਆਖੇ ਮੈਂ ਚੰਡੀਗੜ੍ਹ ਫਿਰਦਾ ਕੱਲ੍ਹ ਨੂੰ ਆਊਂਗਾ ਬਾਈ ਜੀ। ਨਹੀਂ, ਕੋਸ਼ਿਸ਼ ਤਾਂ ਇਹੀ, ਨੋਟਾਂ ਨੂੰ ਹੀ ਵੋਟ ਪਾਵਾਂਗੇ ਜੀ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ? ਫਰੀਦਕੋਟ ਤੋਂ ਜੀ ਪ੍ਰੋਫੈਸਰ ਸਾਧੂ ਸਿੰਘ MP ਆਮ ਆਦਮੀ ਪਾਰਟੀ। ਪਹਿਲਾਂ ਵੀ ਇਹ ਪੂਰੀ ਬਹੁਮਤ ਨਾਲ ਜਿੱਤੇ ਸੀਗੇ, ਬਾਕੀ ਇਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ। ਸਾਹਿਬ ਕੋਈ ਇਸ ਨਹੀਂ, ਕੋਈ ਨਹੀਂ ਬਾਈ, ਜਿਹੜਾ ਕੰਮ ਕਰੂਗਾ ਉਹੀ ਵਧੀਆ ਸਾਡੇ ਵਾਸਤੇ, ਤਾਂ ਉਹ ਵਧੀਆ। ਜੈਤੋਂ ਦਾ ਕੋਈ ਵਿਕਾਸ ਨਹੀਂ ਹੋਇਆ? ਕੋਈ ਨਹੀਂ ਹੋਇਆ, ਇੱਧਰ ਤਾਂ ਸੜਕਾਂ ਟੁੱਟੀਆਂ ਪਈਆਂ, ਰਾਸਤਾ ਲੰਘਣ ਨੂੰ ਹੈ ਨੀਗਾ। ਅਕਾਲੀ ਦਲ ਨੂੰ ਆਪਦੇ ਪਿੰਡ ਦੇ ਵਿੱਚ ਕਦੇ ਆਇਆ ਵੇਖਿਆ, ਨਾ ਹੀ ਕਦੇ ਸਾਧੂ ਸਿੰਘ ਜੀ ਨੂੰ ਆਇਆ ਦੇਖਿਆ ਜੀ। ਅਤੇ ਮੁਹੰਮਦ ਸਦੀਕ ਇੱਕ ਵਧੀਆ ਕਿਰਦਾਰ ਦੇ ਇਨਸਾਨ ਹੈ ਸੀ। ਸਾਧੂ ਸਿੰਘ ਨੂੰ ਜੀ, ਕਿਉਂਕਿ ਉਹਨਾਂ ਨੇ ਸਾਨੂੰ ਪਾਣੀ ਤੋਂ ਬਹੁਤ ਹੀ ਜ਼ਿਆਦਾ ਯਾਨੀ ਕਿ ਸਮੱਸਿਆ ਸੀ ਸਾਡੇ ਲਈ ਪਾਣੀ ਦੀ, ਪਾਣੀ ਦਾ RO ਦਾ ਸਿਸਟਮ ਲਵਾਇਆ। ਅਸੀਂ ਗੁਲਜਾਰ ਸਿੰਘ ਰਾਣੀਕੇ ਨੂੰ ਵੋਟਾਂ ਪਾਵਾਂਗੇ ਜੀ। ਕਾਂਗਰਸ ਪਹਿਲਾਂ ਅਕਾਲੀ ਦਲ ਸੀਗੇ, ਉਹ ਕਹਿੰਦੇ ਨਸ਼ਾ ਚਲਾਉਂਦੇ ਆ, ਮੁੜ ਕੇ ਕਾਂਗਰਸ ਵਾਲੇ ਕਹਿੰਦੇ ਅਸੀਂ ਨਸ਼ਾ ਬੰਦ ਕਰਾਂਗੇ ਜੀ, ਕਾਂਗਰਸ ਦੇ ਜਿਤਾਓ ਕਾਂਗਰਸ ਦੇ ਕੋ ਅਤੇ, ਪਰ ਫਿਰ ਵੀ ਉਹਨਾਂ ਤੋਂ ਨਸ਼ੇ 'ਤੇ ਕੰਟਰੋਲ ਨਹੀਂ ਹੋਇਆ ਜੀ। ਅਤੇ ਜਿਹੜੇ 60-70 ਸਾਲ ਵਰਸਾਂ ਹੋ ਗਈਆਂ ਆਜ਼ਾਦ ਹੋਇਆਂ ਨੂੰ, ਜਿੰਨਾ ਕੰਮ ਇਹ 60-70 ਸਾਲ 'ਚ ਹੋਇਆ 25 ਸਾਲ ਦਾ ਕੰਮ ਸੀ। ਤੁਸੀਂ ਵੇਖ ਲਓ 70 ਸਾਲ ਦੇ ਬਾਅਦ ਲੋਕਾਂ ਨੂੰ ਲਾਈਟ ਟੋਇਲਟ ਹੁਣ ਬਣ ਰਹੇ ਹੈ। 5 ਸਾਲ ਸਾਧੂ ਸਿੰਘ MP ਰਹੇ ਆ, ਉਹਨਾਂ ਨੇ ਕੰਮ ਕੀਤਾ ਕੋਈ? ਚੰਗਾ ਹੀ ਕਰਿਆ ਉਹਨੇ ਸਾਧੂ ਸਿੰਘ ਦਾ, ਠੀਕ ਕਰਿਆ। ਸੱਚ ਦਾ ਸੁਨੇਹਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਿਰਭਉਪ੍ਰੀਤ ਸਿੰਘ ਜੈਤੋਂ, ਅੱਜ ਅਸੀਂ ਪਹੁੰਚਿਆ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿੱਚ, ਜਿੱਥੋਂ ਦੇ ਮੌਜੂਦਾ MP ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਹਨ। ਇਸ ਵਾਰ ਲੋਕ ਸਭਾ ਹਲਕਾ ਫਰੀਦਕੋਟ ਵਿੱਚ ਫਸਵਾਂ ਮੁਕਾਬਲਾ ਬਣਿਆ ਹੋਇਆ ਹੈ, ਕਿਉਂਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਅਤੇ ਕਾਂਗਰਸ ਪਾਰਟੀ ਵੱਲੋਂ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਅਤੇ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਅਤੇ ਪੰਜਾਬ ਏਕਤਾ ਪਾਰਟੀ ਖਹਿਰਾ ਧੜਾ ਵੱਲੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਕਾਰਨ ਫਰੀਦਕੋਟ ਵਿੱਚ ਚੌਤਰਫਾ ਮੁਕਾਬਲਾ ਬਣਿਆ ਹੋਇਆ ਹੈ। ਆਓ ਗੱਲਬਾਤ ਕਰਦੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰਾਂ ਨਾਲ ਕਿ ਉਹ ਇਸ ਵਾਰ ਕਿਸ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ? ਅਸੀਂ ਤਾਂ ਯਾਰ ਬਾਈ ਯਾਰ ਕਿਸੇ ਨੂੰ ਨਹੀਂ ਜਿਤਾਉਂਦੇ। ਕਿਉਂ? ਬੁਰਾ ਹਾਲ ਆ ਯਾਰ ਇਹਨਾਂ ਦਾ, ਜਿੰਨੇ ਲੀਡਰ ਹੈਗੇ ਆ ਸਾਰੇ, ਇਹ ਆਪਦਾ ਘਰ ਭਰਨ 'ਤੇ ਹੀ ਆ ਬਸ। ਅੱਜ ਇੱਥੋਂ ਦਾ ਬੁਰਾ ਹਾਲ ਆ ਜੀ ਵੇਖੋ, ਕੋਈ ਬੱਸ ਅੱਡਾ ਨਹੀਂ ਇੱਥੇ, ਕੋਈ ਹਸਪਤਾਲ ਨਹੀਂ ਗਾ, ਸਾਰਾ ਬਸ ਬੁਰਾ ਹਾਲ ਹੀ ਆ ਬਾਈ। ਜਿੱਥੇ ਮਰਜ਼ੀ ਜਿੱਧਰ ਮਰਜ਼ੀ ਗਲੀ 'ਚ ਜਾ ਵੜੋ, ਗਲੀਆਂ ਪੱਟੀਆਂ ਪਈਆਂ, ਬੁਰਾ ਹਾਲ ਆ। ਆਹ ਹੁਣ ਪਿੱਛੇ ਜੇ ਮੀਂਹ ਪੈ ਕੇ ਹਟਿਆ,
ਸਾਨੂੰ ਪਤਾ ਸੀ ਲੋਕਾਂ ਨੂੰ ਜਿੱਥੇ ਇੱਥੇ ਬਹੁਤ ਸੰਭਾਲਿਆ ਪਾਣੀ ਦਾ ਨਿਕਾਸ ਨਹੀਂ ਕੋਈ ਕੁਛ ਨਹੀਂ ਕੱਖ ਨਹੀਂ ਗਾ ਯਾਰ ਬਾਈ ਯਾਰ ਡਾਕਟਰ ਹੈ ਹੀ ਨਹੀਂ ਗੇ ਇਹਦੇ 'ਚ ਕੀ ਸ਼ੱਕ ਵਾਲੀ ਗੱਲ ਹੈ ਬਹੁਤ ਬੁਰਾ ਹਾਲ ਆ ਸਾਡੀ ਜੈਤੋਂ ਮੰਡੀ ਦਾ 5 ਸਾਲ ਸਾਧੂ ਸਿੰਘ ਐਮ ਪੀ ਸੀ ਉਹਨਾਂ ਨੇ ਕੋਈ ਵਿਕਾਸ ਕੀਤਾ ਉਹਦਾ ਮੇਰਾ ਖਿਆਲ ਗੇੜਾ ਹੀ ਨਹੀਂ ਮਾਰਿਆ ਜੀ ਉਹਨਾਂ ਨੇ ਤਾਂ ਹੈ ਹੀ ਨਹੀਂ ਗੇ ਬਾਕੀ ਐਂ ਪਤਾ ਕੀ ਗੱਲ ਆ ਵੀ ਸਾਧੂ ਸਿੰਘ ਉਦੋਂ ਸੀਗੀ ਆਪਣੇ ਆਪ ਵਾਲਿਆਂ ਦੀ ਹਵਾ ਜਿਹਦੇ ਕਾਰਨ ਉਹ ਵੀ ਜਿੱਤ ਗਿਆ ਸੀਗਾ ਹੁਣ ਨਹੀਂ ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ ਇਸ ਦਾ ਹਜੇ ਕੋਈ ਫੈਸਲਾ ਨਹੀਂ ਲਿਆ ਸੀ ਅਸੀਂ ਜੀ ਜੇ ਕੋਈ ਸਾਡੇ ਵਿਕਾਸ ਦੀ ਜਾਂ ਕੋਈ ਸਾਡੇ ਨੇੜੇ ਕੋਈ ਸਮਾਚਾਰ ਪਤਾ ਲੱਗੂਗਾ ਉਹਦੇ ਬਾਅਦ ਕੋਈ ਫੈਸਲਾ ਲਿਆ ਜਾਊਗਾ ਜੀ ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ ਸਾਡਾ ਤਾਂ ਜੀ ਐਤਕੀ ਕਿਸੇ ਨੂੰ ਮਨ ਨਹੀਂ ਵੋਟ ਪਾਉਣ ਦਾ ਕਾਰਨ ਹੈ ਸਾਡੇ ਰੋਡ 'ਤੇ ਤਾਂ ਪਾਣੀ ਕਿਸ਼ਤੀਆਂ ਵਾਲਾ ਕੰਮ ਬਣ ਜਾਂਦਾ ਜਦੋਂ ਆਉਂਦਾ ਕਿਸੇ ਪਾਸੇ ਲੰਘਣ ਨੂੰ ਰਸਤਾ ਨਹੀਂ ਗਾ ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਗਾ ਰਾਤ ਨੂੰ ਬੰਦਾ ਜਾ ਵੜੇ ਕੋਈ ਬੱਸ ਅੱਡੇ ਦੇ ਵਿੱਚ ਜਾ ਵੜੇ ਤਾਂ ਨਹੀਂ ਉੱਥੇ ਕੋਈ ਵੀ ਕਿੱਧਰ ਦੀ ਚੜੂਗਾ ਅਗਲਾ ਇਹਨੂੰ ਪਤਾ ਵੀ ਬੱਸ ਜਾਊ ਕਿੱਧਰ ਨੂੰ ਇੱਧਰ ਦੀ ਸਾਰਾ ਰੋਡ ਪੱਟਿਆ ਪਿਆ ਬਾਜ਼ਾਰ ਦੇ ਵਿੱਚ ਕੋਈ ਲੰਘਦਾ ਨਹੀਂ ਗਾ ਕਿਸੇ ਪਾਸੇ ਨੂੰ ਲੋਕ ਬਾਹਰੋਂ ਆਉਂਦੇ ਆ ਉਹ ਕਹਿੰਦੇ ਇੱਥੋਂ ਦੀ ਲੰਘੀ ਕਿੱਧਰ ਦੀ ਯਾਰ ਤੁਹਾਡੇ ਆਉਂਦੇ ਨਹੀਂ ਰਿਸ਼ਤੇਦਾਰ ਨਹੀਂ ਆ ਕੇ ਖੁਸ਼ ਜੈਤੋਂ ਮੰਡੀ ਦਾ ਤਾਂ ਹਾਲ ਹੋਇਆ ਪਿਆ ਇੱਦਾਂ ਮਨ ਹੀ ਨਹੀਂ ਕਰਦਾ ਵੋਟ ਪਾਉਣ ਨੂੰ ਅਸੀਂ ਇਹ ਸੋਚਿਆ ਵੀ ਪਾਉਣ ਦਾ ਲੋੜ ਹੀ ਨਹੀਂ ਵੋਟ ਪਾਉਣ ਕੇ ਕਿਹਦੇ ਪਿੱਛੇ ਤੁਰੇ ਫਿਰ ਗਏ ਵੋਟ ਤਾਂ ਪਾਉਣ ਦਾ ਫਾਇਦਾ ਕਹਿੰਦਾ ਜੇ ਮਾੜੀ ਮੋਟੀ ਕੋਈ ਗੱਲਬਾਤ ਸੁਣੇ ਕਿਸੇ ਦੀ ਇੱਦਾਂ ਵੀ ਮਾਹੌਲ ਬਹੁਤ ਖਰਾਬ ਆ ਸਾਡਾ ਜੈਤੋਂ ਦਾ ਪੂਰਾ ਹੀ ਵਿਸ਼ਾ ਸਹੀ ਨਹੀਂ ਕੋਈ ਸੁਧਾਰ ਨਹੀਂ ਹੋਇਆ ਜੀ ਆ ਜਿੱਦੇ ਹੁਣ ਮੀਂਹ ਆਇਆ ਸਾਡੇ ਅਤੇ ਇੱਥੇ ਚੌਂਕ 'ਚ ਕਿਸ਼ਤੀਆਂ ਵਾਲਾ ਕੰਮ ਬਣਿਆ ਫਿਰਦਾ ਸੀਗਾ ਵੀ ਪਾਣੀ ਤੱਪਣ ਵਾਸਤੇ ਲੋਕ ਮੋਟਰਸਾਈਕਲ ਅਤੇ ਕਾਰ ਕੁਛ ਵੀ ਲੰਘਦਾ ਨਹੀਂ ਸੀ ਇੰਨਾ ਬੁਰਾ ਹਾਲ ਸੀ ਬਸ ਲੋਕ ਇੰਨੇ ਤੰਗ ਪਰੇਸ਼ਾਨ ਹੋਏ ਕੋਈ ਜਿਹੜੇ ਨੇ ਬਾਜ਼ਾਰ ਜਾਣਾ ਉਹ ਜਾ ਹੀ ਨਹੀਂ ਸਕਦਾ ਸੀਗਾ ਜੀ ਹੁਣ ਵੀ ਆਪਣੇ ਬਠਿੰਡਾ ਰੋਡ 'ਤੇ ਬਹੁਤ ਬੁਰਾ ਹਾਲ ਹੈ ਸੜਕ ਦੇ ਮੈਂ ਲੜਾ ਐਡੇ ਐਡੇ ਡੂੰਘੇ ਟੋਏ ਆ ਜੀ ਜਿੱਦਾਂ ਤੁਰ ਕੇ ਮਲ ਕੇ ਗੱਡੀ ਵੀ ਸੇਫ ਅਤੇ ਤੁਸੀਂ ਆਪ ਤੁਰ ਕੇ ਵੀ ਸੇਫ ਨਹੀਂ ਲੰਘ ਸਕਦੇ ਜਿੱਥੋਂ ਇੰਨਾ ਬੁਰਾ ਹਾਲ ਆ ਜੀ ਉੱਥੇ ਅਤੇ ਉਹ ਬਹੁਤ ਉਸ ਚੀਜ਼ ਨੂੰ ਮੈਨੂੰ ਲੱਗਦਾ ਸਾਲ ਹੋ ਗਿਆ ਮੈਨੂੰ ਦੇਖਦੇ ਨੂੰ ਉੱਥੇ ਹੀ ਅਤੇ ਉਹ ਕਿਸੇ ਨੇ ਸਾਰ ਨਹੀਂ ਲਈ ਉਸ ਚੀਜ਼ ਦੀ ਅੱਜ ਤੱਕ ਹੀ ਕਹਿੰਦਾ ਜੀ ਗੁਰਦੁਆਰਾ ਗੰਗਸਰ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਵਾਲਾ ਰੋਡ ਨਹੀਂ ਬਣਿਆ ਵੇਖ ਲਓ ਇੰਨੇ ਲੀਡਰ ਇੱਥੇ ਆ ਜਾਂਦੇ ਆ ਉਹ ਰੋਡ ਦੇ ਉੱਤੇ ਮੇਨ ਰੋਡ ਆ ਉਹ ਜੇ ਉੱਥੋਂ ਮੱਥਾ ਟੇਕ ਲਾ ਸੰਗਤ ਉੱਥੇ ਜਾਂਦੀ ਉਹ ਰੋਡ ਵੀ ਉਵੇਂ ਹੀ ਪਿਆ ਜਿਵੇਂ ਪਿਆ ਉਵੇਂ ਹੀ ਪਿਆ ਉਹ ਕੋਈ ਫਾਇਦਾ ਨਹੀਂ ਜੀ ਵੋਟ ਵਾਟ ਪਾਉਣ ਦਾ ਬਣਿਆ ਸੀ ਨਾਲ ਦੀ ਨਾਲ ਪੱਟਦਾ ਉਹਦਾ ਕੀ ਹੱਲ ਆ ਕੋਈ ਹੱਲ ਇਸ ਵਾਰ ਕਿਹਨੂੰ ਜਿਤਾਉਂਗੇ ਫਿਰ ਸਾਡਾ ਤਾਂ ਇਰਾਦਾ ਹੀ ਨਹੀਂ ਵੋਟ ਪਾਉਣ ਦਾ ਵੋਟ ਪਾਉਣ ਦਾ ਇਰਾਦਾ ਹੀ ਨਹੀਂ ਹੈਗਾ ਸਾਡਾ ਤਾਂ ਵੋਟ ਪਾਉਣੀ ਨਹੀਂ ਆਪਾਂ ਐਵੇਂ ਕੀ ਫਾਇਦਾ ਐਵੇਂ ਵੋਟਾਂ ਪਾ ਕੇ ਪਰੇਸ਼ਾਨ ਹੋਣ ਦਾ ਕੀ ਫਾਇਦਾ ਜੀ ਉੱਥੇ ਜਾ ਕੇ ਵੋਟ ਪਾਓ ਧਿਆਨ ਵੋਟਾਂ ਦੇ ਵਿੱਚ ਹੀ ਨਹੀਂ ਗਾ ਜਦੋਂ ਬੰਦੇ ਦਾ ਵੀ ਵੋਟ ਪਾ ਕੇ ਜਿਤਾਉਣ ਦਾ ਉਹਨੂੰ ਫਾਇਦਾ ਕਹਿੰਦਾ ਜੇ ਕੋਈ ਕੰਮ ਹੋਵੇ ਬੰਦਾ ਲੀਡਰ ਮਿਲਿਆ ਹੀ ਸਾਨੂੰ ਕੋਈ ਨਹੀਂ ਆ ਕੇ ਜਿੱਥੇ ਕਿਸੇ ਨੇ ਮਿਲਣਾ ਕੋਈ ਨਹੀਂ ਮਿਲਦਾ ਸੇਫ ਕੋਈ ਨਹੀਂ ਗਾ ਜੀ ਇੱਥੇ ਵੀ ਅਸੀਂ ਇੱਦਾਂ ਬਾਹਰਲੇ ਲੀਡਰ ਆਈ ਇੱਥੇ ਵੀ ਇੱਥੋਂ ਇਹਨਾਂ ਨੂੰ ਇੱਥੋਂ ਆਪਣੇ ਇਸ ਹਲਕੇ ਤੋਂ ਆਪਣੇ ਇੱਥੋਂ ਲੀਡਰ ਹੀ ਨਹੀਂ ਮਿਲਿਆ ਇੱਥੋਂ ਚੱਜਦਾ ਇਹਨਾਂ ਦੀ ਬਾਹਰੋਂ ਲਿਆ ਕੇ ਪੈਰਾਸ਼ੂਟ ਰਾਹੀਂ ਤਾਰਤੇ ਇੱਥੇ ਜੀ ਅਤੇ ਉਹਨਾਂ ਨੂੰ ਵੋਟ ਪਾ ਕੇ ਅਸੀਂ ਲੈਣਾ ਕੀ ਉਹਨਾਂ ਤੋਂ ਹੀ ਹਾਂ ਜਿਹੜੇ ਪਹਿਲਾਂ ਅਸੀਂ ਜਿਤਾ ਚੁੱਕੇ ਜਿਹਨਾਂ ਨੇ ਜਿਹੜੇ ਇੱਥੋਂ ਦੇ ਸੀਗੇ ਉਹਨੇ ਕੀਤਾ ਕੱਖ ਨਹੀਂ ਗਾ ਜੀ ਅਤੇ ਫਿਰ ਅਸੀਂ ਐਵੇਂ ਵੋਟਾਂ ਕਰਕੇ ਖਰਚਾ ਕਰੀ ਜਾਂਦੇ ਦੇਖ ਲਓ ਪੱਟੀ ਜਾਂਦੇ ਜੀ ਪੈਸਾ ਖਰਾਬ ਕਰੀ ਜਾਂਦੇ ਜੀ ਜਦੋਂ ਕੋਈ ਵਿਕਾਸ ਹੀ ਨਹੀਂ ਕਰਨਾ ਫਿਰ ਵੋਟਾਂ ਨਾ ਹੀ ਪਾਇਆ ਕਰਨੀ ਵੈਸੇ ਹੀ ਚੰਗੇ ਜਾਂ ਇਸ ਤਰ੍ਹਾਂ ਹੀ ਚੱਲੀ ਜਾਓ ਵੈਸੇ ਹੀ ਕੰਮ ਹੀ ਇਸ ਵਾਰ ਵੋਟ ਕਿਹਨੂੰ ਪਾਓਗੇ ਤੁਸੀਂ ਫਰੀਦਕੋਟ ਬਾਈ ਇਸ ਤੋਂ ਵਾਰ ਵੋਟ ਮੇਰਾ ਤਾਂ ਨੋਟਾਂ ਨੂੰ ਪਾਉਣ ਦਾ ਇਰਾਦਾ ਹੈ ਵੀ ਕਿਸੇ ਲੀਡਰ ਨੂੰ ਹਾਂਜੀ ਹਾਂ ਵੀ ਕੋਈ ਲੀਡਰ ਇੱਥੇ ਜੈਤੋਂ ਦਾ ਜੇ ਕਿਸੇ ਨੂੰ ਪਾ ਵੀ ਦਈਏ ਤਾਂ ਮੇਰੇ ਹਿਸਾਬ ਨਾਲ ਵੀ ਕੋਈ ਯੋਗ ਉਮੀਦਵਾਰ ਹੈ ਹੀ ਨਹੀਂ ਗਾ ਵੀ ਜਿਸ ਨੂੰ ਵੀ ਇਸ ਤਰ੍ਹਾਂ ਮਨ ਕਰਦਾ ਵੀ ਕੋਈ ਹੈ ਨਹੀਂ ਬਾ ਜੇ ਕੋਈ ਜੈਤੋਂ ਦਾ ਕੋਈ ਸਵਾਰ ਸਕਦਾ ਕਿਉਂਕਿ ਪਹਿਲਾਂ ਵੀ ਬਥੇਰੇ ਦੇਖ ਲਿਆ ਵੋਟ ਪਾ ਕੇ ਵੀ ਜੈਤੋਂ ਦੀ ਤਾਂ ਕਿਸੇ ਨੇ ਸਾਰ ਲਈ ਨਹੀਂ ਅੱਜ ਤੱਕ ਹੀ ਅਤੇ ਨਾ ਹੀ ਮੈਨੂੰ ਲੱਗਦਾ ਵੀ ਇਹਨਾਂ ਵਿੱਚ ਕੋਈ ਯੋਗ ਉਮੀਦਵਾਰ ਹੈਗਾ ਵੀ ਜੇ ਹੁਣ ਜਿਸ ਜੇ ਨੂੰ ਜਿਤਾ ਲਈਏ ਤਾਂ ਜੈਤੋਂ ਦੀ ਸਾਰ ਲੈ ਸਕਦਾ ਤੁਸੀਂ ਹਾਲ ਦੇਖਿਆ ਹੀ ਚਾਰੇ ਪਾਸੇ ਜੈਤੋਂ ਨੂੰ ਵਾ ਕਿਸੇ ਵੜਨ ਜਗ੍ਹਾ ਹੀ ਹੈ ਨਹੀਂ ਕਿਸੇ ਪਾਸੇ ਵੀ ਦੀ 5 ਸਾਲ ਸਾਧੂ ਸਿੰਘ ਐਮ ਪੀ ਰਹੇ ਆ ਉਹਨਾਂ ਨੇ ਕੋਈ ਵਿਕਾਸ ਕੀਤਾ ਨਹੀਂ ਕੋਈ ਵਿਕਾਸ ਨਹੀਂ ਹੋਇਆ ਜੀ ਠੀਕ ਆ ਵੀ
ਉਹਨਾਂ ਨੇ ਕਿਸੇ ਤੋਂ ਆ ਕੇ ਮੁੜ ਕੇ ਮਿਲੇ ਨਹੀਂ ਕਿਸੇ ਦਾ ਹੀ, ਜਾਂ ਕੋਈ ਦੌਰਾ ਦੌਰਾ ਕਿਸੇ ਦੇ ਘਰ ਹੀ ਨਹੀਂ ਆਈ ਉਹ ਜਮਾਂ, ਬਿਲਕੁਲ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਜਿੰਨਾ ਕਹਿ ਦਈਏ। ਹਾਂ ਬੱਸ ਅੱਡਾ ਵੀ ਕਿਸੇ ਪਾਸੇ ਵੀ ਮਤਲਬ ਕਿ ਲੰਘਣ ਨੂੰ ਥਾਂ ਹੀ ਹੈ ਨਹੀਂ ਗਈ। ਹਾਂ ਕਿਸੇ ਪਾਸੇ ਨਾ ਜੈਤੋਂ ਕਿਸੇ ਪਾਸੇ ਐਂਟਰੀ ਨਹੀਂ ਹੁੰਦੀ, ਬਾਹਰ ਵੀ ਨਿਕਲਣਾ ਬਹੁਤ ਔਖਾ ਜੀ, ਮਤਲਬ ਕਿ ਚਾਰੇ ਪਾਸੇ ਬੁਰਾ ਹਾਲ ਆ ਜੀ। ਅਤੇ ਕਿਸੇ ਉਮੀਦਵਾਰ ਨੂੰ ਮਤਲਬ ਕਿ ਦਿਲ ਨਹੀਂ ਕਰਦਾ ਵੀ ਜੇ ਜਿਤਾ ਵੀ ਦਈਏ ਤਾਂ ਵੀ ਇੱਥੋਂ ਕਿਸੇ ਸੁਧਾਰ ਹੋ ਸਕਦਾ ਜੀ, ਅਤੇ ਅੱਗੇ ਵੀ ਸਾਰਿਆਂ ਨੂੰ ਵੋਟਾਂ ਪਾ ਕੇ ਦੇਖ ਲਈਆਂ ਅਲੱਗ ਅਲੱਗ ਹੀ, ਬਈ ਕੁਛ ਵੀ ਨਹੀਂ ਬਣਿਆ ਜੀ। ਅਤੇ ਸਰ ਦਾ ਬਈ ਇੱਥੋਂ ਦਾ ਕੋਈ ਉਮੀਦਵਾਰ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਖੜਾਇਆ, ਕੋਈ ਆਪਣੇ ਕੋਈ ਏਰੀਏ ਦਾ ਹੀ ਹੋਵੇ, ਅਤੇ ਪਹਿਲਾਂ ਕੋਈ ਜਿਹੜੇ ਏਰੀਏ ਦੇ ਜਿੱਤੇ ਹੋਏ ਆ ਅਤੇ ਉਹਨਾਂ ਨੇ ਕੀਤਾ ਕੱਖ ਨਹੀਂ ਗਿਆ ਜੀ। ਬਾਕੀ ਜਿਹੜੇ ਉਮੀਦਵਾਰ ਆ ਮੇਨ ਆ ਉਹ ਬਾਹਰ ਦੇ ਆ ਜੀ, ਉਹਨਾਂ ਨੂੰ ਵੋਟ ਪਾਉਣ ਨੂੰ ਦਿਲ ਨਹੀਂ ਕਰਦਾ ਜੀ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਣਗੇ? ਫਰੀਦਕੋਟ ਤੋਂ ਜਿਤਾਉਣਾ ਕਿਹਨੂੰ, ਐਂ ਕੰਮ ਤਾਂ ਹੁੰਦੇ ਨਹੀਂ ਜੀ, ਆਪਾਂ ਦੋਨੇ ਇੱਕ, ਆਪਾਂ ਨੂੰ ਤਾਂ ਕੋਈ ਸਰਕਾਰ ਵਧੀਆ ਨਹੀਂ ਲੱਗਦੀ। ਸਾਹਿਬ ਕੋਈ ਸਨੀਹ ਕੋਈ ਨਹੀਂ ਬਈ, ਜਿਹੜਾ ਕੰਮ ਕਰੂਗਾ ਉਹੀ ਵਧੀਆ ਸਾਡੇ ਵਾਸਤੇ, ਤਾਂ ਉਹ ਵਧੀਆ। ਜੈਤੋਂ ਦਾ ਕੋਈ ਵਿਕਾਸ ਨਹੀਂ ਹੋਇਆ? ਕੋਈ ਨਹੀਂ ਹੋਇਆ, ਦੇਖੋ ਟੁੱਟੀਆਂ ਸੜਕਾਂ ਪਈਆਂ ਥਾਂ ਥਾਂ 'ਤੇ, ਉੱਧਰਲੇ ਪਾਸੇ ਚ ਇੱਧਰਲੇ ਪਾਸੇ ਰੋੜੀ ਕਪੂਰੀ ਵਾਲੇ ਪਾਸੇ ਸੜਕਾਂ ਟੁੱਟੀਆਂ ਪਈਆਂ, ਇੱਧਰ ਤਾਂ ਸੜਕਾਂ ਟੁੱਟੀਆਂ ਪਈਆਂ, ਰਾਸਤਾ ਲੰਘਣ ਨੂੰ ਹੈ ਨਹੀਂ ਗਾ, ਟੋਏ ਕੋ ਉੱਥੇ ਜਿਹੜਾ ਬਰਮਚਾਰੀ ਦੇ ਮੰਦਰ ਕੋਲ ਉੱਥੇ ਤਾਂ ਪਾਣੀ ਖੜ੍ਹਾ। ਕੀ ਵਿਕਾਸ ਹੈ? ਕੋਈ ਸ਼ਹਿਰ ਦਾ ਵਿਕਾਸ ਨਹੀਂ ਹੋਇਆ। ਪਿੰਡ ਹੈ ਸਾਡਾ ਮੱਥਾ। ਇਸ ਵਾਰ ਫਰੀਦਕੋਟ ਲੋਕ ਸਭਾ ਚੋਣਾਂ ਵਿੱਚ ਕਿਸ ਨੂੰ ਜਿਤਾਉਂਗੇ? ਅਸੀਂ ਦੇਖੋ ਗੱਲ ਹੈ, ਜਿਹੜੀ ਅਕਾਲੀ ਪਾਰਟੀਆਂ ਨੇ ਕੰਮ ਬਹੁਤ ਕੀਤੇ ਆ ਹੱਦੋਂ ਜ਼ਿਆਦਾ, ਅਤੇ ਜਿਹੜਾ ਸਾਧੂ ਸਿੰਘ ਵਰਗੇ ਇਹ ਨਹੀਂ ਜਿੱਤਦੇ, ਨਾ ਇਹਨਾਂ ਨੂੰ ਵੋਟ ਪਾਉਣੀ ਆ। ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦਾ ਕੋਈ, ਐਗਤੀ ਦਾ ਵਜੂਦ ਨਹੀਂ ਗਾ, ਅਤੇ ਸਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਵੀ ਐਗਤੀ ਜਿੱਤਦਾ ਨਹੀਂ ਗਾ, ਅਤੇ ਉਮੀਦ ਆ ਵੀ ਮੰਮਸ ਦੀ ਜਿੱਤੂ ਐਗਤੀ, ਸ਼੍ਰੋਮਣੀ ਕਾਂਗਰਸ ਪਾਰਟੀ ਜਿੱਤੂ। ਇਸ ਵਾਰ ਫਰੀਦਕੋਟ ਵਿੱਚ ਕਿਸ ਨੂੰ ਵੋਟ ਪਾ ਕੇ ਜਿਤਾਉਂਗੇ? ਅਸੀਂ ਕਿਸੇ ਨੂੰ ਨਹੀਂ ਵੋਟ ਪਾਉਣਾ ਚਾਹੁੰਦੇ ਜੀ, ਅਸੀਂ ਨੋਟਾਂ ਦਾ ਬਟਨ ਦਬਾਵਾਂਗੇ। ਕੋਈ ਵੀ ਪਾਰਟੀ ਜਾਂ ਰਾਜਨੀਤਿਕ ਬੰਦੇ ਕੋਈ ਵਿਕਾਸ ਨਹੀਂ ਕਰ ਰਹੇ। ਪਹਿਲਾਂ 5 ਸਾਲ ਸਾਧੂ ਸਿੰਘ MP ਰਹੇ ਨੇ, ਉਹਨਾਂ ਨੇ ਕੋਈ ਵਿਕਾਸ ਕੀਤਾ? ਮੈਂ ਤਾਂ ਉਹਨਾਂ ਦੀ ਸ਼ਕਲ ਵੀ ਨਹੀਂ ਵੇਖੀ ਜੀ, ਬਸ ਇੱਕ ਵਾਰੀ ਵੋਟ ਮੰਗਣ ਆਏ ਸੀਗੇ, ਉਹ ਤੋਂ ਬਾਅਦ ਨਹੀਂ ਉਹਨਾਂ ਨੂੰ ਮੈਂ ਵੇਖਿਆ, ਨਾ ਮੈਂ ਕਦੇ ਆਪਣੇ ਹਲਕੇ 'ਚ ਵਿਚਰਦੇ ਵੇਖਿਆ ਜਾਂ ਕਿਤੇ ਵੀ ਕੋਈ ਗਤੀਵਿਧੀਆਂ ਨਹੀਂ ਵੇਖੀਆਂ ਉਹਨਾਂ ਦੀਆਂ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਵੋਟ ਪਾ ਕੇ ਜਿਤਾਉਂਗੇ? ਅਸੀਂ ਅਕਾਲੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਾਲੀ ਪਾਰਟੀ ਨੇ ਸਾਡਾ ਬਹੁਤ ਧੰਨਵਾਦ ਹੈ, ਕੰਮ ਬਹੁਤ ਵਧੀਆ ਵਧੀਆ ਕੀਤਾ ਪਹਿਲਾਂ, ਜਿਹੜੀ ਕਾਂਗਰਸ ਪਾਰਟੀ ਹੈ ਸਾਡੇ ਵਾਸਤੇ ਬਹੁਤ ਮਾੜੀ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾਉਂਗੇ? ਸਾਧੂ ਸਿੰਘ ਨੂੰ। ਸਾਧੂ ਸਿੰਘ ਨੂੰ ਪਹਿਲਾਂ ਉਹਨਾਂ ਨੇ ਕੰਮ ਕੀਤੇ ਆ? ਕੰਮ ਕਰਦੇ ਆ। ਵਿਕਾਸ ਕਿੰਨਾ ਕੁ ਹੋਇਆ? ਵਿਕਾਸ ਠੀਕ ਹੋਇਆ, ਅੱਗੇ ਨਾਲੋਂ ਸਾਡਾ ਵਿਕਾਸ ਠੀਕ ਹੋਇਆ, ਜਿਹੜੀ ਹਰ ਸੁਣਾਈ ਹੋ ਰਹੀ, ਹੋਰ ਮਕਾਨਾਂ ਦੇ ਵਿੱਚ ਨਾਲੀਆਂ ਦਾ ਕੰਮ ਹੋ ਰਿਹਾ, ਸਾਡੇ ਸਹੀ ਹੋ ਰਿਹਾ, ਐਰੋ ਲੱਗ ਗਏ ਆ, ਇਲੈਕਟ੍ਰਿਕ ਬਾਥਰੂਮ ਬਣ ਗਏ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਣਾ ਜੀ? ਸਾਨੂੰ ਤਾਂ ਜੀ ਕੈਂਡੀਡੇਟ ਉਹ ਚਾਹੀਦਾ ਵੀ ਜਿਹੜਾ ਸਾਡੇ ਸਾਹਮਣੇ ਮੱਥੇ ਲੱਗੇ ਕੰਮ ਧੰਦੇ ਵਿੱਚ, ਇਹ ਨਾ ਹੋਵੇ ਬਈ ਅਸੀਂ ਉਸ ਨੂੰ ਪੁੱਛੀ ਜਾਂਦੇ ਹਾਂ ਸਾਡਾ ਕੋਈ ਕੰਮ ਹੈ, ਉਹ ਫੋਨ 'ਤੇ ਪਿਆ ਤਾਂ ਅੰਦਰ ਹੋਵੇ ਅਤੇ ਆਖੇ ਮੈਂ ਚੰਡੀਗੜ੍ਹ ਫਿਰਦਾ ਕੱਲ੍ਹ ਨੂੰ ਆਊਂਗਾ ਬਾਈ ਜੀ। ਸਾਨੂੰ ਚਾਹੀਦਾ ਸੁਲਝਿਆ ਹੋਇਆ ਬੰਦਾ ਜਿਹੜਾ ਸਾਡੇ ਕੰਮ ਧੰਦੇ ਵਿੱਚ ਆਵੇ, ਅਤੇ ਚੰਗੇ ਚੰਦ ਬੰਦੇ ਨੂੰ ਹੀ ਅਸੀਂ ਚੁਗਣਾ ਚਾਹੁੰਦੇ ਹਾਂ। ਪਿੰਡ ਕਿਹੜਾ ਜੀ ਆਪਣਾ? ਆਪਣਾ ਢਿੱਲਵਾਂ ਕਲਾਂ ਹੈ। ਅੱਛਾ ਹੁਣ ਜਿਹੜਾ ਖੜ੍ਹਾ ਹੋਇਆ ਕੈਂਡੀਡੇਟ ਸਾਡਾ, ਵੋਟਾਂ ਤਾਂ ਅਸੀਂ ਪਾਉਣੀਆਂ ਪਾਉਣੀਆਂ, ਅੱਗੇ ਘਰ ਹੈਗੀ ਉਹਦੀ ਮਰਜ਼ੀ, ਵੋਟ ਤਾਂ ਨਹੀਂ ਆਪਾਂ ਛੁਪਾ ਕੇ ਰੱਖਣੀ ਨਾ, ਵੋਟ ਪਾਵਾਂਗੇ, ਉਹਦੀ ਮਰਜ਼ੀ ਰਹੇਗੀ ਸਾਡੇ ਕੰਮ ਕਰਨੇ ਜਾਂ ਨਾ ਕਰਨੇ, ਪਰ ਸਾਡਾ ਇਹ ਆ ਵੀ ਕਿਸੇ ਵੀ ਕਿਤੇ ਲੋੜ ਹੋਵੇ ਵਿਕਾਸ ਸਾਡਾ ਜਿਹੜਾ ਉਹਨੂੰ ਅੱਗੇ ਲਿਜਾਣ ਵਾਲਾ ਬੰਦਾ ਹੋਵੇ, ਉਸੇ ਨੂੰ ਪਾਵਾਂਗੇ ਜਿਹੜਾ ਕੈਂਡੀਡੇਟ ਸਾਡਾ ਖੜ੍ਹਾ। ਜਿਹੜਾ ਚਾਰ ਖੜ੍ਹਾ ਨਹੀਂ, ਸਾਡਾ ਜਿਹੜਾ ਕੈਂਡੀਡੇਟ ਆ ਨਾ, ਸਾਨੂੰ ਦਿਸੂਗਾ ਵੀ ਇਹ ਸਾਡੇ ਕੰਮ ਧੰਦੇ 'ਚ ਅੱਗੇ ਵੀ ਆਇਆ ਹੋਣਾ, ਅੱਗੇ ਵੀ ਆਇਆ ਹੋਊਗਾ, ਅਸੀਂ ਉਹਨੂੰ ਵੋਟ ਪਾਵਾਂਗੇ। ਇਸ ਵਾਰ ਫਰੀਦਕੋਟ ਤੋਂ ਕਿਹੜੇ ਉਮੀਦਵਾਰ ਨੂੰ ਜਿਤਾਉਂਗੇ? ਸਰ ਜਿਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਕੋਈ ਮਰਜ਼ੀ ਉਮੀਦਵਾਰ ਆ ਜਾਵੇ, ਕੰਮ ਤਾਂ ਕਿਸੇ ਨੇ ਕਰਨਾ ਨਹੀਂ ਹੁੰਦਾ, ਸਭ ਨੇ ਪੈਸੇ ਹੀ ਖਾਣੇ ਹੁੰਦੇ ਆ, ਸਾਡੇ ਭਾਣੇ ਕੋਈ ਮਰਜ਼ੀ ਆ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਿਛਲੀ ਵਾਰ MP ਸਾਧੂ ਸਿੰਘ ਸੀਗੇ, ਹਾਂਜੀ, ਉਹਨਾਂ ਨੇ ਕੰਮ ਕੀਤੇ ਆ?
ਨਹੀਂ ਕੋਈ ਕੰਮ ਨਹੀਂ ਕੀਤਾ ਜੀ। ਕੋਟਪੁਰੇ ਸ਼ਹਿਰ ਦਾ ਤਾਂ ਇੰਨਾ ਬੁਰਾ ਹਾਲ ਹੈ, ਡੇ ਬਾਏ ਡੇ ਡਾਊਨ ਹੀ ਜਾ ਰਿਹਾ, ਇਸ ਦਾ ਕੋਈ ਸੁਧਾਰ ਨਹੀਂ ਹੋ ਰਿਹਾ ਜੀ। ਇਸ ਵਾਰ ਫਿਰ ਕੋਈ ਕੈਂਡੀਡੇਟ ਨਹੀਂ ਪਸੰਦ ਆਇਆ? ਨਹੀਂ, ਕੋਸ਼ਿਸ਼ ਤਾਂ ਇਹੀ ਨੋਟਾਂ ਨੂੰ ਹੀ ਵੋਟ ਪਾਵਾਂਗੇ ਜੀ। ਹਾਂਜੀ ਬਿਲਕੁਲ ਜੀ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾਉਂਗੇ? ਫਰੀਦਕੋਟ ਤੋਂ ਜੀ ਪ੍ਰੋਫੈਸਰ ਸਾਧੂ ਸਿੰਘ MP ਆਮ ਆਦਮੀ ਪਾਰਟੀ, ਪਹਿਲਾਂ ਵੀ ਇਹ ਪੂਰੀ ਬਹੁਮਤ ਨਾਲ ਜਿੱਤੇ ਸੀਗੇ। ਬਾਕੀ ਇਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ, ਕਾਫੀ ਫੰਡ ਵਗੈਰਾ ਦਿੱਤੇ, ਅਤੇ ਹੁਣ ਵੀ ਇਹੀ ਉਮੀਦ ਰੱਖਦੇ ਹਾਂ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਜਿੱਤ ਯਕੀਨੀ ਬਣਾਉਣਗੇ। ਆਪ ਬਹੁਤ ਵਧੀਆ ਬੰਦਾ, ਸਦੀਕ ਨੂੰ ਪਾਵਾਂਗੇ ਕਾਂਗਰਸ ਨੂੰ ਵੋਟ। 5 ਸਾਲ MP ਸਾਧੂ ਸਿੰਘ ਰਹੇ, ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਆ? ਅਕਾਲੀ ਦਲ ਨੂੰ ਆਪਦੇ ਪਿੰਡ ਦੇ ਵਿੱਚ ਕਦੇ ਆਇਆ ਵੇਖਿਆ, ਨਾ ਹੀ ਕਦੇ ਸਾਧੂ ਸਿੰਘ ਜੀ ਨੂੰ ਆਇਆ ਦੇਖਿਆ ਜੀ। ਤੇ ਮੁਹੰਮਦ ਸਦੀਕ ਇੱਕ ਵਧੀਆ ਕਿਰਦਾਰ ਦੇ ਇਨਸਾਨ ਹੈ, ਅਸੀਂ ਸਾਡਾ ਵੋਟ ਤੇ ਸਪੋਰਟ ਮੁਹੰਮਦ ਸਦੀਕ ਜੀ ਨੂੰ ਹੀ ਹੋਵੇਗਾ। ਬਾਕੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਅਕਾਲੀ ਦਲ ਤੇ ਕਾਫੀ ਅਸਰ ਪਾ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਤਾਂ ਆਮ ਪਾਰਟੀ ਨੂੰ ਪਾਵਾਂਗੇ ਬਾਈ, ਸਾਡੇ ਜਿਹੜੇ ਕੀਤੇ ਅਸੀਂ ਤੁਹਾਨੂੰ ਦੱਸਦਾ ਵਾ। ਆ ਇੱਥੇ ਪਾਣੀ ਪੀਣ ਨੂੰ ਪਾਣੀ ਇਹਨੇ ਮੋਟਰ ਲਵਾ ਕੇ ਗਿਆ, ਆਹ ਕਿਹੜਾ ਵਾਟਰ ਬਸ ਜਿਹਾ ਵੱਡਾ ਨਾਂ ਕੀ ਉਹਦਾ, ਚਾਹ ਤੋਂ ਟੱਟੀ ਪਿਸ਼ਾਬ ਵਾਸਤੇ ਨਹੀਂ ਸਿਆਹ ਬਣਾ ਕੇ ਆਏ, ਰੋਲ ਆਏ ਉਹਨੇ, ਥੋੜ੍ਹਾ ਕੰਮ ਕੀਤਾ ਉਹਨੇ। ਇਸ ਵਾਰ ਕਿਸ ਨੂੰ ਜਿੱਦਾਂ ਕਿ ਲੋਕ ਸਭਾ ਵਿੱਚ ਭੇਜੋ? ਸਦੀਕ ਨੂੰ ਜੀ, ਸਦੀਕ ਨੂੰ, ਕਿਉਂਕਿ ਉਹ ਸਾਡੇ ਹਲਕੇ ਦਾ ਬੰਦਾ ਜੀ, ਸਾਡਾ ਲੋਕਲ ਬੰਦਾ, ਮਿਲਣਾ ਕਰਨਾ ਸੌਖਾ ਉਹਨੂੰ ਜੀ। MP ਸਾਧੂ ਸਿੰਘ ਨੇ ਕੰਮ ਕੀਤੇ ਆ ਵਿਕਾਸ ਦੇ? ਥੋੜ੍ਹੇ ਮੋਟੇ ਕੀਤੇ ਆ ਜੀ, ਕੀਤੇ ਆ ਥੋੜ੍ਹੇ ਮੋਟੇ ਕੰਮ ਕੀਤੇ ਆ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜੋਗੇ? ਮੁਹੰਮਦ ਸਦੀਕ, ਵੈਸੇ ਸਾਡੀ ਪਾਰਟੀ ਆ ਪਹਿਲਾਂ ਤੋਂ ਉਹਦੇ ਨਾਲ ਖੜੀ ਆ ਕਾਂਗਰਸ ਨਾਲ, ਢਿੱਲੋਂ ਸਾਹਿਬ ਨਾਲ, ਕਿਕੜੇ ਲੋਨੋ। 5 ਸਾਲ MP ਸਾਧੂ ਸਿੰਘ ਰਹੇ ਆ, ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਆ? ਨਹੀਂ, ਸਾਨੂੰ ਨਹੀਂ ਦਿਖਿਆ ਬਾਈ, ਕੋਈ ਨਹੀਂ ਦਿਖਿਆ, ਨਹੀਂ ਸਾਡੇ ਨਹੀਂ ਆਏ, ਨਾ ਹੀ ਸਾਨੂੰ ਦਿਖਿਆ। ਪਿੰਡ ਕਿਹੜਾ ਤੁਹਾਡਾ? ਟਿੱਬੀ ਭਰਾਈਆਂ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜੋਗੇ? ਸਾਧੂ ਸਿੰਘ ਨੂੰ ਜੀ, ਕਿਉਂਕਿ ਉਹਨਾਂ ਨੇ ਸਾਨੂੰ ਪਾਣੀ ਤੋਂ ਬਹੁਤ ਹੀ ਜ਼ਿਆਦਾ ਯਾਨੀ ਕਿ ਸਮੱਸਿਆ ਸੀ ਸਾਡੇ ਲਈ ਪਾਣੀ ਦੀ, ਪਾਣੀ ਦਾ RO ਦਾ ਸਿਸਟਮ ਲਵਾਇਆ, ਹੋਰ ਕਿਸੇ ਇੰਨੇ ਵਾਰ ਕਿੰਨੀ ਯਾਨੀ ਕਿ ਉੱਥੇ ਜਿੱਤ ਕੇ ਗਏ ਆ, ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਕਿ ਲਾਰੇ ਲਾ ਕੇ ਤੁਰ ਜਾਂਦੇ ਆ। ਉਹ ਬੰਦੇ ਨੇ ਸਾਡਾ ਕੋਡ ਕੱਢਿਆ ਇੱਥੋਂ ਪਾਣੀ ਦਾ, RO ਲਵਾ ਕੇ ਦਿੱਤਾ, ਇੱਥੋਂ ਬਹੁਤ ਹੀ ਜ਼ਿਆਦਾ ਲੋਕ ਯਾਨੀ ਕਿ ਪਾਣੀ ਲੈ ਕੇ ਜਾਂਦੇ ਆ, ਠੀਕ ਹੈ ਜੀ, ਪਾਣੀ ਲਈ ਬਹੁਤ ਵੱਡੀ ਕਿੱਲਤ ਸੀ ਸਾਡੇ ਲਈ, ਹੋਰ ਵੀ ਸਾਡੇ ਨਾਲ ਉਹ ਪੂਰਾ ਮੋਢੇ ਨਾਲ ਮੋਢੇ ਲਾ ਕੇ ਖੜੇ ਆ, RO ਇੱਥੇ ਬੱਸ ਸਟੈਂਡ ਦੇ ਵਿੱਚ, ਠੀਕ ਹੈ ਜੀ, ਕੋਟਪੁਰਾ ਬੱਸ ਸਟੈਂਡ ਦੇ ਵਿੱਚ, ਹੋਰ ਬਸ ਹੋਰ ਯਾਨੀ ਕਿ ਅੱਗੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਉਹ ਅੱਜ ਵੀ ਕਾਇਮ ਆ ਪੂਰੇ, ਉਹ ਇਸੇ ਕਰਕੇ ਹੀ ਉਹਨਾਂ ਦੇ ਬਹੁਤ ਹੀ ਰਿਣੀ ਆ। ਦੂਜੀਆਂ ਪਾਰਟੀਆਂ ਨੂੰ ਕਿਉਂ ਨਹੀਂ ਵੋਟ ਪਾਉਂਦੇ? ਸਾਰੇ ਧੋਖੇਬਾਜ਼ੀ ਆ, ਲਾਰੇ ਲਾ ਕੇ ਤੁਰ ਜਾਂਦੇ ਆ ਜੀ, ਅਸੀਂ ਸਾਧੂ ਸਿੰਘ ਨੂੰ ਵੋਟ ਪਾਉਣੀ ਇਸੇ ਕਰਕੇ ਕਿਉਂਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਇਸ ਵਾਰ ਫਰੀਦਕੋਟ 'ਚੋਂ ਕਿਸ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜੋਗੇ? ਇਸ ਵਾਰ ਅਸੀਂ ਫਰੀਦਕੋਟ 'ਚੋਂ ਜੀ ਸਰਦਾਰ ਆਪਣੇ ਮੁਹੰਮਦ ਸਦੀਕ ਨੂੰ ਜਿਹੜਾ ਜਿਤਾ ਕੇ ਜਨਾਬ ਨੂੰ ਭੇਜਾਂਗੇ MP ਸੀਟ 'ਤੇ, ਕਿਉਂਕਿ ਜੀ ਸਾਡੇ ਅੰਜਗਰੀ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੁਹੰਮਦ ਸਦੀਕ ਜੀ 24 ਘੰਟੇ ਮੌਜੂਦ ਰਹੇ ਆ, ਅਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਤਾ ਕੇ ਅੱਗੇ ਲੈ ਕੇ ਜਾਵਾਂਗੇ। ਪਹਿਲਾਂ MP ਸਾਧੂ ਸਿੰਘ ਰਹੇ ਨੇ, ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਆ? ਕੀਤੇ ਆ ਜੀ, ਉਹਨਾਂ ਨੇ ਸਾਡੇ ਤਾਂ ਸਟੈਂਡ 'ਤੇ ਬਣਾਏ ਆ, ਉਹਨਾਂ ਨੇ ਬਾਥਰੂਮ ਵੀ ਬਣਾਏ ਆ ਵੈਸੇ, ਪਰ ਸਾਡੇ ਪਿੰਡ 'ਚ ਨਹੀਂ ਕੋਈ ਦੇਖੇ ਰਿਹਾ 5 ਰੇਂਜ 'ਚ। ਇਸ ਵਾਰ ਫਰੀਦਕੋਟ ਸੀਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਗੁਲਜ਼ਾਰ ਸਿੰਘ ਰਾਣੀ ਕੇ ਨੂੰ ਵੋਟਾਂ ਪਾਵਾਂਗੇ ਜੀ। ਇਹਦਾ ਜੀ ਸੀਟ ਤਾਂ ਹੁਣ ਜਿਹਨੂੰ ਮਰਜ਼ੀ ਜਿਤਾੜ ਕੇ ਮੁੜ ਕੇ ਹਰੇਕ ਮੁੱਕਰ ਜਾਂਦਾ ਜੀ, ਪਹਿਲਾਂ ਵੀ ਇਹੀ ਜਿਤਾਈਆਂ ਕਾਂਗਰਸ, ਪਹਿਲਾਂ ਅਕਾਲੀ ਦਲ ਸੀਗੇ, ਉਹ ਕਹਿੰਦੇ ਨਸ਼ਾ ਚਲਾਉਂਦੇ ਆ, ਮੁੜ ਕੇ ਕਾਂਗਰਸ ਵਾਲੇ ਕਹਿੰਦੇ ਅਸੀਂ ਨਸ਼ਾ ਬੰਦ ਕਰਾਂਗੇ ਜੀ, ਕਾਂਗਰਸ ਦੇ ਜਿਤਾਓ, ਕਾਂਗਰਸ ਦੇ ਨਿਰੋਲ ਸਰਕਾਰ ਬਣੀ ਹੈ, ਅਤੇ ਪਰ ਫਿਰ ਵੀ ਉਹਨਾਂ ਤੋਂ ਨਸ਼ੇ 'ਤੇ ਕੰਟਰੋਲ ਨਹੀਂ ਹੋਇਆ ਜੀ। ਹੁਣ ਦੇਖਦੇ ਹਾਂ ਜੀ ਕਿਹੜਾ ਬੰਦਾ ਚੰਗਾ ਹੋਊਗਾ, ਨਸ਼ੇ ਤੋਂ ਰਹਿਤ ਹੋਊਗਾ, ਜਿਹੜੀ ਪਾਰਟੀ ਨਸ਼ੇ ਤੋਂ ਰਹਿਤ ਹੋਊਗੀ ਉਸ 'ਤੇ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ? ਬਾਈ ਜੀ, ਵੈਸੇ ਤਾਂ
ਬੰਦੇ ਸਾਰੇ ਇੱਕੋ ਜਿਹੇ ਲੱਗਦੇ ਆ ਜੀ, ਵੀ ਜਿੰਨੇ ਵੀ ਖੜ ਰਹੇ ਆ ਕੈਂਡੀਡੇਟ। ਕੋਈ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਰਸੇ ਵਾਲੇ ਦੇ ਗੀਤ ਗਾਈ ਜਾਂਦਾ ਬਾਈ, ਜਿਹੜਾ ਕਲਾਕਾਰ ਆ। ਅਤੇ ਜਿਹੜਾ ਦੂਸਰਾ ਪਹਿਲਾਂ ਐਮ ਪੀ ਸੀਗਾ ਆਪਣਾ, ਉਹ ਵੀ ਸਾਧੂ ਸਿੰਘ ਆ ਜਿਹੜਾ ਜੀ, ਉਹ ਵੀ ਕੋਈ ਖਾਸ ਨਹੀਂ, ਉਹ ਸਾਡੇ ਪਿੰਡਾਂ ਵੱਲ ਤਾਂ ਕਿਤੇ ਆਇਆ ਹੋਇਆ ਹੀ ਨਹੀਂ ਗਾ। ਮੇਰਾ ਪਿੰਡ ਸਿਵੀਆਂ ਹੈਗਾ ਜੀ, ਇੱਕ ਅੱਧੀ ਵਾਰ ਆਇਆ ਹੋਊਗਾ, ਕੋਈ ਖਾਸ ਨਹੀਂ ਉਹਦਾ ਕੋਈ ਰੋਲ ਰਿਹਾ ਜੀ। ਅਤੇ ਤੀਜਾ ਬੰਦਾ ਹੈਗਾ ਜਿਹੜਾ ਨਵੀਂ ਪਾਰਟੀ, ਇੱਕ ਨਵੀਂ ਪਾਰਟੀ ਬਣੀ ਹੈ ਜਿਹੜੀ, ਆ ਮਾਸਟਰ ਬਲਦੇਵ ਸਿੰਘ, ਪਹਿਲਾਂ ਉਹ ਐਮ ਐਲ ਏ ਸੀਗਾ, ਹੁਣ ਉਹ ਮਤਲਬ ਪਾਰਟੀ ਬਦਲ ਕੇ ਦੂਸਰੇ ਪਾਸੇ ਚਲਾ ਗਿਆ। ਤਾਂ ਬਹੁਤ ਕਨਫਿਊਜ਼ਨ ਹੈਗੀ ਆ, ਲੋਕ ਵੀ ਕਨਫਿਊਜ਼ਨ 'ਚ ਆ, ਮੈਂ ਖੁਦ ਵੀ, ਠੀਕ ਆ। ਤਾਂ ਕੋਈ ਸਮਝ ਨਹੀਂ ਲੱਗਦੀ, ਐਂ ਜੇ ਲੱਗਦਾ ਵੀ ਵੋਟਾਂ ਪਾਈਏ ਹੀ ਨਾ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਦੇਖੋ ਜੀ, ਜਿਹੜਾ ਚੰਗਾ ਕੈਂਡੀਡੇਟ ਹੈ ਉਹ ਹੀ ਹੋਣਾ ਚਾਹੀਦਾ। ਚੰਗੇ ਦਾ ਮਤਲਬ ਹੈ ਕਿ ਆਪਣੀਆਂ ਜੇਬਾਂ ਨਾ ਭਰੀ ਜਾਵੇ, ਲੋਕ ਹਿੱਤ ਦੇ ਵਿੱਚ ਕੰਮ ਕਰਨ ਜਿਹੜੇ ਬੰਦੇ, ਠੀਕ ਹੈ। ਓਵਰਆਲ ਦੇਖਣਾ ਹੋਵੇ, ਜਦੋਂ ਆਪਾਂ ਐਮ ਪੀ ਦੇ ਇਲੈਕਸ਼ਨ ਹੈ, ਜਿਹੜਾ ਸੈਂਟਰ ਦੇ ਵਿੱਚ ਬੰਦਾ ਬੈਠਾ, ਕੌਣ ਬੰਦਾ ਪ੍ਰਾਈਮ ਮਿਨਿਸਟਰ ਕੌਣ ਬਣ ਰਿਹਾ, ਉਸ ਬੇਸ 'ਤੇ ਸਪੋਰਟ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਜਿੱਥੇ ਤੱਕ ਮੇਰਾ ਆਪਣੇ ਇੱਕ ਤਜ਼ਰਬਾ ਹੈ, ਆਪਣਾ ਇੱਕ ਐਕਸਪੀਰੀਅੰਸ ਹੈ, ਲਾਈਫ ਦਾ ਤਜ਼ਰਬਾ ਹੈ, ਠੀਕ ਹੈ। ਪਰਿਵਾਰਵਾਦ ਹੈ, ਪਰਿਵਾਰ ਬੰਸ਼ ਹੈ, ਜਿੱਦਾਂ ਤਾਇਆ ਬਣ ਗਿਆ, ਚਾਚਾ ਬਣ ਗਿਆ, ਮੁੰਡਾ ਬਣ ਗਿਆ, ਇਹ ਜਿਹੜਾ ਪਰਿਵਾਰਵਾਦ ਹੈ ਨਾ, ਇਹ ਖਤਮ ਹੋਣੀ ਚਾਹੀਦੀ ਚੀਜ਼, ਇਹ ਗਲਤ ਚੀਜ਼ ਹੈ। ਕਾਬਿਲ ਬੰਦੇ ਜਿਹੜੇ ਹੈ ਉਹ ਹੀ ਅੱਗੇ ਆਉਣੇ ਚਾਹੀਦੇ। ਇਹ ਪਰਿਵਾਰਵਾਦ ਜਿਹੜਾ ਇਹਨੇ ਬੇੜਾ ਗਰਕ ਕਰਕੇ ਰੱਖਦਾ ਸਾਡੇ ਹਿੰਦੁਸਤਾਨ ਦਾ। ਅੰਗਰੇਜ਼ਾਂ ਨੇ ਇੰਨਾ ਨਹੀਂ ਲੁੱਟਿਆ ਸੀ ਜਿੰਨਾ ਪਰਿਵਾਰਵਾਦ ਨੇ ਲੁੱਟਿਆ। ਅਤੇ ਜਿਹੜੇ 60-70 ਸਾਲ ਬਰਸਾਂ ਹੋ ਗਈਆਂ ਆਜ਼ਾਦ ਹੋਇਆਂ ਨੂੰ, ਜਿੰਨਾ ਕੰਮ ਇਹ 60-70 ਸਾਲ 'ਚ ਹੋਇਆ 25 ਸਾਲ ਦਾ ਕੰਮ ਸੀ। ਤੁਸੀਂ ਵੇਖ ਲਓ, 70 ਸਾਲ ਦੇ ਬਾਅਦ ਲੋਕਾਂ ਨੂੰ ਲਾਈਟ, ਟੋਇਲਟ ਹੁਣ ਬਣ ਰਹੇ ਹੈ, ਲਾਈਟ ਨਹੀਂ ਹੈ ਲੋਕਾਂ ਦੇ, ਲਾਈਟ ਦੀ ਅਸੈਸੀਬਿਲਟੀ ਨਹੀਂ ਹੈ, ਅੱਛੇ ਪਾਣੀ ਦੀ ਅਸੈਸੀਬਿਲਟੀ ਨਹੀਂ ਹੈ, ਸ਼ਰਮ ਦੀ ਗੱਲ ਹੈ। 70 ਸਾਲ ਦੇ ਬਾਅਦ ਜਿਹੜੇ ਕੰਮ 25-30 ਸਾਲ ਦੇ ਵਿੱਚ ਹੋ ਜਾਣੇ ਚਾਹੀਦੇ ਸੀ। ਅਤੇ ਇਹ ਹੈ ਕਿ ਸੋਚ ਸਮਝ ਕੇ ਲੋਕ ਵੋਟ ਕਰਨ, ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਸਪੋਰਟ ਕਰਨ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਇਹ ਤਾਂ ਕਹਿੰਦੇ ਆਮ ਵਾਲਾ ਜਿੱਤੀ, ਪਰ ਸਾਨੂੰ ਤਾਂ ਉਹ ਚੰਗਾ ਹੋਣੇ, ਕੋਈ ਦੁੱਖ ਨਹੀਂ ਦਿੱਤਾ ਗਾ, ਦੂਜੇ ਸਾਰੇ ਰਲੇ ਵੇ ਹੀ ਹੈ। ਤੁਸੀਂ ਇਸ ਵਾਰ ਕਿਹਨੂੰ ਵੋਟ ਪਾ ਕੇ ਜਿਤਾਉਂਗੇ ਜੀ? ਜਿਹੜਾ ਹੁਣ ਸਾਨੂੰ ਚੰਗਾ ਲੱਗੂਗਾ ਅਸੀਂ ਉਹਨੂੰ ਵੋਟ ਪਾ ਦਿਆਂਗੇ ਤੇ ਆ, ਹੈ ਜਿਹੜਾ ਚੰਗਾ ਲੱਗਾ ਸਾਨੂੰ ਉਹਨੂੰ ਵੋਟ ਪਾ ਦਿਆਂਗੇ ਅਸੀਂ ਤੇ ਆ, ਕਿਉਂ ਵੀ ਸਾਰੇ ਇੱਕੋ ਜਿਹੇ ਆ, ਸਾਰੇ ਅਕਾਲੀ ਪਾਰਟੀ ਅਤੇ ਕਾਂਗਰਸ ਰਲੇ ਆ, ਸਮਝ ਗਿਆ, ਰਲਣਾ ਇਹਨਾਂ ਦਾ ਕੰਮ ਆ, ਸਾਰਾ ਕਿਸੇ ਨੂੰ ਪਾ ਕੇ ਵੇਖ ਲਾ, ਆਮ ਵਾਲੇ ਮੂਹਰੇ ਆਉਂਦੇ ਨਹੀਂ, ਸਾਨੂੰ ਤਾਂ ਕਾਲਾ ਮਾਲਾ ਹੀ ਦਿੰਦਾ ਸਾਰਿਆਂ ਦਾ। 5 ਸਾਲ ਸਾਧੂ ਸਿੰਘ ਐਮ ਪੀ ਰਹੇ ਆ, ਉਹਨਾਂ ਨੇ ਕੰਮ ਕੀਤਾ ਕੋਈ? ਚੰਗਾ ਹੀ ਕਰਿਆ ਉਹਨੇ ਸਾਧੂ ਸਿੰਘ ਦਾ, ਠੀਕ ਕਰਿਆ, ਹਾਂ ਚੰਗਾ ਹੀ ਚੰਗਾ ਹੀ ਕਰਿਆ ਉਹਨੇ ਦਿੰਦੇ ਆ ਕੰਮ। ਅਤੇ ਸਾਧੂ ਸਿੰਘ ਮੁੜ ਕੇ ਸਾਡੇ ਕੋਲ ਇੱਥੇ ਆਇਆ ਨਹੀਂ ਗਾ, ਪਰ ਸਾਡੀ ਉਹਨੇ ਕੋਈ ਗੱਲਬਾਤ ਨਹੀਂ ਸੁਣੀ, ਨਾ ਹੀ ਉਹਦਾ ਕੋਈ ਇੰਨਾ ਜ਼ੋਰ ਚੜਿਆ ਕੋਈ ਦਿਆ। ਇਸ ਵਾਰ ਕਿਹਨੂੰ ਵੋਟ ਪਾ ਕੇ ਜਿਤਾਉਂਗੇ ਜੀ? ਅਸੀਂ ਤਾਂ ਜੀ ਇਹ ਚਾਹੁੰਦੇ ਹਾਂ ਵੀ ਇਹ ਆਮ ਪਾਰਟੀ ਨੂੰ ਪਾ ਕੇ ਜਿਤਾਵਾਂਗੇ। ਇਹਨੇ ਸਾਨੂੰ ਫੰਡ ਦਿੱਤਾ, ਇਹਨੇ ਸਾਡੇ ਕੰਮ ਕੀਤੇ ਆ। 5 ਸਾਲ ਐਮ ਪੀ ਸਾਧੂ ਸਿੰਘ ਨੇ ਕੰਮ ਕੀਤੇ? ਹਾਂ ਸਾਡੇ ਕੰਮ ਕੀਤੇ, ਇਹਦੇ ਕੋਲ ਗਏ ਆ, ਸਾਡੇ ਕੰਮ ਕਰਦੇ ਨੇ। ਇਸ ਵਾਰ ਫਰੀਦਕੋਟ ਤੋਂ ਕਿਹਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਅਕਾਲੀ ਆਉਣਗੇ ਜੀ, ਅਕਾਲੀਆਂ ਨੂੰ ਪਾਵਾਂਗੇ। ਅਕਾਲੀਆਂ ਨੇ ਕੰਮ ਪਹਿਲਾਂ ਬਥੇਰੇ ਚੰਗੇ ਕਰਿਆ, ਕੋਈ ਮਾੜਾ ਨਹੀਂ ਕਰਿਆ। ਫਰੀਦਕੋਟ ਤੋਂ ਇਸ ਵਾਰ ਕਿਹਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਮਾਮਾ ਸਦੀਕ ਨੂੰ ਵੋਟ ਪਾਵਾਂਗੇ, ਉਹਨਾਂ ਨੂੰ ਝੋਲੀ ਵੋਟ ਪਾ ਕੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ 'ਚ ਪਹੁੰਚਾਵਾਂਗੇ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਜੀ ਨਾ ਆਮ ਪਾਰਟੀ ਨੂੰ ਅਤੇ ਨਾ ਆਪਣੇ ਖਹਿਰਾ ਪਾਰਟੀ ਨੂੰ ਕਿਸੇ ਨੂੰ ਨਹੀਂ ਵੋਟ ਪਾਉਂਦੇ। ਸਾਧੂ ਸਿੰਘ ਸਾਨੂੰ ਅਸੀਂ ਅੱਗੇ ਵੋਟਾਂ ਪਾਈਆਂ ਸੀ ਆਮ ਪਾਰਟੀ ਨੂੰ, ਨਾ ਕਿ ਉਹਨੇ ਮੂੰਹ ਵੀ ਨਹੀਂ ਦਿਖਾਇਆ ਸਾਨੂੰ, ਅਤੇ ਬਲਦੇਵ ਸਿੰਘ ਮਾਸਟਰ ਨੂੰ ਜਿਤਾ ਕੇ ਭੇਜਿਆ ਸੀ, ਉਹਨੇ ਵੀ ਨਹੀਂ ਮੂੰਹ ਦਿਖਾਇਆ ਸਾਨੂੰ। ਇਹ ਕਿ ਦੋਨਾਂ 'ਚੋਂ ਵੇਖਾਂਗੇ, ਕਾਂਗਰਸ ਜਾਂ ਅਕਾਲੀ ਨੂੰ ਕਿਸੇ ਨੂੰ ਪਾਈਏ, ਇੱਕ ਨੂੰ ਪਾਵਾਂਗੇ, ਜਿਹੜਾ ਚੰਗਾ ਕੈਂਡੀਡੇਟ ਲੱਗਿਆ ਉਹਨੂੰ ਵੋਟ ਪਾਵਾਂਗੇ। 5 ਸਾਲ ਐਮ ਪੀ ਸਾਧੂ ਸਿੰਘ ਰਹੇ, ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਆ? ਕੋਈ ਨਹੀਂ ਕੀਤਾ ਸਾਡੇ ਇਲਾਕੇ 'ਚ, ਨਾ ਕੀਤਾ ਅਤੇ ਨਾ ਮੂੰਹ ਦਿਖਾਈ ਨਹੀਂ ਸਾਨੂੰ, ਦੇਖਿਆ ਹੀ ਨਹੀਂ, ਐਂ ਨਹੀਂ ਦੇਖਿਆ ਵੀ ਸਾਧੂ ਸਿੰਘ ਆ ਕੌਣ ਹੈ। ਅਸੀਂ ਤਾਂ ਉਹਨੂੰ ਜਾਣਦੇ ਹਾਂ ਜਿਹੜਾ ਸਾਡੇ ਆ ਕੇ ਕੰਮ ਕਰੂਗਾ,
ਅਸੀਂ ਐਂ ਲੀਡਰਾਂ ਵਾਂਗੂ ਲਾਰੇ ਨਾਲ ਲਾਉਣ, ਕੋਈ ਵੀ ਆ, ਭਾਵੇਂ ਕਾਂਗਰਸ ਪਾਰਟੀ ਆ, ਭਾਵੇਂ ਅਕਾਲੀ ਦਲ ਆ ਅਤੇ ਭਾਵੇਂ BJP ਆ, ਲਾਰੇ ਨਾਲ ਲਾਉਣ, ਲੋਕਾਂ ਨਾਲ ਵਾਅਦੇ ਪੂਰੇ ਕਰਨ, ਐਵੇਂ ਨਾਲ ਲੋਕਾਂ ਨੂੰ ਭੰਗਾਉਣ ਲਈ ਅਸੀਂ 2000 ਦੇਵਾਂਗੇ, ਅਸੀਂ 5000 ਦੇਵਾਂਗੇ, ਇਹ ਲੋਕਾਂ ਤੋਂ ਦੂਰ ਰੱਖਣਾ ਆਪਦਾ ਕੰਮ, ਲੋਕਾਂ ਦੇ ਕੰਮ ਸਾਂਝੇ ਕਰਨ, ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ, ਕੋਈ ਕਿਸੇ ਦੀ ਸਰਕਾਰ ਆਵੇ। ਇਸ ਵਾਰ ਫਰੀਦਕੋਟ ਤੋਂ ਕਿਸ ਕੈਂਡੀਡੇਟ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਕਿਸੇ ਨੂੰ ਜੀ ਕਰਦਾ ਬਾਈ, ਕੋਈ ਨਹੀਂ ਚੰਗਾ, ਜਿਹੜੇ ਨੂੰ ਨੋਟਾਂ ਦਾ ਬਟਨ ਹੈ ਉਹੀ ਆ, ਹੋਰ ਚਾਰਾ ਹੀ ਨਹੀਂ। ਕਾਂਗਰਸ ਨੂੰ ਵੇਖ ਲਿਆ, ਅਕਾਲੀ ਵੇਖ ਲਿਆ, ਆਮ ਆਦਮੀ ਪਾਰਟੀ ਵੇਖ ਲਈ, ਜਿਹੜੇ ਕੋਈ MLA ਬਣਾਉਣੇ, MP ਮੁੜ ਕੇ ਆਏ ਨਹੀਂ, ਪਤਾ ਉਹਨੇ ਜਾਣਾ ਕਿਹੜੇ ਪਾਸੇ ਹੈ। ਜਦੋਂ ਸਾਡਾ ਟਾਈਮ ਉਹਨਾਂ ਵੀ ਪੁੱਛਣਾ ਵੀ ਅਸੀਂ ਹੁਣ ਆਹ ਕੰਮ ਉਦੋਂ ਅੱਖ, ਮੈਂ ਤਾਂ ਪਾਰਟੀ ਛੱਡ ਤੀ, ਮੈਂ ਤਾਂ ਨਵੀਂ 'ਚ ਜਾ ਵੜਿਆ, ਸਾਨੂੰ ਦੁਬਾਰਾ ਵੋਟਾਂ ਪਾਓ, ਇਹ ਪਾਰਟੀ ਕਾਮਯਾਬ ਕਰੋ, ਫਿਰ ਅਸੀਂ ਤੁਹਾਡੇ ਕੰਮ ਕਰਾਂਗੇ। MP ਸਾਧੂ ਸਿੰਘ ਤਾਂ ਉਸੇ ਪਾਰਟੀ 'ਚ ਆ, ਉਹਨੂੰ ਇਕੱਲੇ ਨੂੰ ਕੀ ਕਰਾਂਗੇ ਪਾ ਕੇ, ਹੋਰ ਉਹਦੇ ਅੱਗੇ ਪਿੱਛੇ ਹੈ ਨਹੀਂ ਕੁਛ। 5 ਸਾਲ MP ਸਾਧੂ ਸਿੰਘ ਰਹੇ ਨੇ, ਵਿਕਾਸ ਦੇ ਕੰਮ ਕੀਤੇ ਨੇ ਪਿੰਡਾਂ 'ਚ? ਅਸੀਂ ਤਾਂ ਅਸੀਂ ਦੇਖਿਆ ਨੇ, ਕੋਟਲੀ ਪਿੰਡ ਆ ਸਾਡਾ, ਵੇਖਿਆ ਹੀ ਨਹੀਂ। ਕੋਟਲੀ ਸਾਨੂੰ 5 ਕਿਲੋਮੀਟਰ ਵਾਰਡ ਹੈ, ਜੈਤੋਂ ਸਾਨੂੰ ਇੱਥੋਂ ਹੈਗੀ 15 ਕਿਲੋਮੀਟਰ ਵਾਰਡ। ਜੇ ਕੋਈ ਮਾੜਾ ਮੋਟਾ ਕੁਛ ਕਰਨ, ਕੋਈ ਕਾਰਵਾਈ ਸਰਕਾਰ ਕਰੇ ਜਾਂ ਕੁਛ ਵੀ ਕਰਨ, ਸਾਨੂੰ ਇੱਥੇ ਆਉਣ ਦੀ ਕੀ ਲੋੜ ਹੈ ਬਾਈ? ਆਪਦੇ ਉੱਥੇ ਪਿੰਡ 'ਚ 5 ਕਿਲੋਮੀਟਰ ਸੌਖਾ ਕਿ 15 ਕਿਲੋਮੀਟਰ ਲਿਆ ਕੇ ਦਾਣੇ ਵੇਚਣੇ ਸੌਖੇ? 10-10 ਦਿਨ ਹੋ ਗਏ ਸਾਡੇ ਉੱਥੇ ਕੋਟਲੀ ਬੈਠੇ ਜ਼ਿਮੀਂਦਾਰ। ਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸੀਂ ਤਾਂ ਕੌਣ ਹੈ, ਸਾਰੀ ਪਬਲਿਕ ਹੀ ਜਿਤਾਉਣ ਵਾਲੀ ਹੈ ਜੀ, ਸਾਡਾ ਇਕੱਲਿਆਂ ਦਾ ਨਹੀਂ ਇਹ ਸਹਿਯੋਗ, ਪਰ ਐਂ ਵੀ ਜਿਹੜੇ ਬੰਦੇ ਦੇ ਮਨ ਦੇ ਵਿੱਚ ਭਾਵਨਾ ਚੰਗੀ ਹੈ ਜਾਂ ਉਹਦੇ ਵਿਚਾਰ ਰੱਖੂਗਾ ਕੰਮ ਬਾਰੇ, ਉਹਨੂੰ ਵੀ ਵੋਟ ਪਊਗੀ ਜੀ। ਇਹਦਾ ਉਹਦੇ ਬੰਦੇ ਨਾਲ ਹੈ ਜਿਹੜਾ ਆਪਦੇ ਵਿਚਾਰ ਸਹੀ ਦੱਸੂ, ਮੈਂ ਆਹ ਕੰਮ ਕਰਾਊਂਗਾ ਤੁਹਾਡੇ ਵਾਸਤੇ, ਜੇ ਉਹ ਸਹੀ ਕੰਮ ਕਰਾਊਗਾ ਤਾਂ ਉਹਨੂੰ ਵੋਟ ਪਊਗੀ, ਅਗਲੇ ਵਾਰੀ ਬਦਲਿਆ ਜਾਊਗਾ ਫਿਰ ਨਾ ਪਊਗੀ ਉਹਨੂੰ। 5 ਸਾਲ MP ਸਾਧੂ ਸਿੰਘ ਰਹੇ ਨੇ, ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਆ? ਉਹਨਾਂ ਨੇ ਜੀ ਸਿਰਫ ਇੰਨਾ ਵੀ ਇਕੱਲੀ ਪਾਰਟੀ ਹੋਣ ਕਰਕੇ ਸਾਡੀ ਮੰਡੀ ਦੇ ਵਿੱਚ ਇੱਕ ਸੀਵਰੇਜ ਦੇ ਵਾਸਤੇ ਉਹ ਲੈ ਕੇ ਆਏ ਸੀਗੇ ਮਸ਼ੀਨ, ਬਸ ਹੋਰ ਤਾਂ ਨਹੀਂ ਉਹਨਾਂ ਨੇ ਕੋਈ ਇੱਦਾਂ ਕੀਤਾ ਸਹਿਯੋਗ, ਇੱਕੋ ਹੀ ਸਹਿਯੋਗ ਰਿਹਾ ਉਹਨਾਂ ਦਾ। ਸਾਡੀ ਮੰਡੀ ਦੇ ਵਿੱਚ ਵਿਕਾਸ ਤਾਂ ਜੀ ਸਿਰਫ ਇਹ ਵੀ ਪੁੱਲ ਦਾ ਬਹੁਤ ਦੇਰ ਦਾ ਰੌਲਾ, ਰੇਲਵੇ ਦੇ ਉੱਪਰ ਸਾਰੇ ਲਾਰਾ ਲਾ ਜਾਂਦੇ, ਬਣਾਇਆ ਹਜੇ ਤੱਕ ਕਿਸੇ ਨੇ ਨਹੀਂ। ਬਾਕੀ ਜਿਹੜੇ ਸੀਵਰੇਜ ਵਗੈਰਾ ਹੋਰ ਹੈ ਉਹ ਪਈ ਜਾਂਦੇ ਆ ਮੰਡੀ ਦੇ ਵਿੱਚ, ਇਹੋ ਨਹੀਂ ਪਤਾ ਵੀ ਕਿਹੜੀ ਪਾਰਟੀ ਪਵਾ ਰਹੀ ਹੈ, ਕਿਹਦੇ ਵੇਲੇ ਟੈਂਡਰ ਹੋਏ ਹੋਏ ਆ, ਕਿਹਨੇ ਕੰਮ ਕੀਤਾ ਹੈ। ਫਰੀਦਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਅਸ ਆਪਣੀਆਂ ਉਮੀਦ ਹੈਗੀ ਆ ਜੀ ਆਪਣੇ ਆਮ ਪਾਰਟੀ ਨੂੰ। ਆਮ ਪਾਰਟੀ ਨੂੰ? ਹਾਂਜੀ। 5 ਸਾਲ ਸਾਧੂ ਸਿੰਘ MP ਰਹੇ ਆ, ਵਿਕਾਸ ਦੇ ਕੰਮ ਹੋਏ ਆ? ਵਿਕਾਸ ਤਾਂ ਖੈਰ ਕੁਛ ਪ੍ਰਸੈਂਟ ਹੋਏ ਵੀ ਆ, ਕਿਤੇ ਨਹੀਂ ਵੀ ਹੋਏ ਆ, ਬਾਕੀ ਇਹਨਾਂ ਲੀਡਰਾਂ ਦੇ ਜਿਹੜੇ ਛੋਟੇ ਚਮਚੇ ਆ ਉਹ ਜਿਹੜੇ ਆ ਗਾਣ ਦਾ ਬਾਹਰ ਨਹੀਂ ਚੱਲਣ ਦਿੰਦੇ, ਪਹਿਲਾਂ ਨਾਲੋਂ ਕੰਮ ਕੋਈ ਵੱਧ ਹੋ ਵੀ ਰਹੇ ਆ, ਅਤੇ ਬਾਕੀ ਉਹ ਕੋਸ਼ਿਸ਼ ਵੀ ਕਰ ਰਿਹਾ ਕੰਮ ਕਰਨ ਦੀ। ਅਤੇ ਬਾਕੀ ਜਿਹੜੀ ਆ ਜੈਤੋਂ ਦਾ ਏਰੀਆ ਖਾਸ ਕਰਕੇ ਜਿਹੜਾ ਆ ਇਹ ਆਪਣੇ ਇੱਧਰ ਸਿਆਸਤ ਕਰਕੇ ਥੋੜ੍ਹਾ ਪਿੱਛੇ ਜਾ ਰਿਹਾ ਆ, ਸਿਆਸਤ ਦੇ ਲੀਡਰ ਜਿਹੜੇ ਹੈਗੇ ਆ ਉਹ ਇਹਨੂੰ ਅਗਾਂਹ ਅੱਗੇ ਤਰੱਕੀ ਵੱਲ ਨਹੀਂ ਜਾਣ ਦੇ ਰਹੇ, ਕੋਈ ਹਰੇਕ ਕੋਈ ਆਪਣਾ ਨੰਬਰ ਬਣਾਉਣ ਦੀ ਖਾਤਰ, ਆਪਣੀ ਸੀਟ ਦੀ ਖਾਤਰ, ਆਪਣੇ ਬੈਗ ਬਣਾਉਣ ਦੀ ਖਾਤਰ ਇਹ ਅੜਕਾ ਕਰ ਰਿਹਾ ਜੀ। ਅਤੇ ਅਗਰ ਇਹ ਚਾਹਣ ਤਾਂ ਰਲ ਮਿਲ ਕੇ ਸਾਰੇ ਇੱਕ ਆਪਸ 'ਚ ਜਿਹੜਾ ਆਪਣਾ ਵੀ ਇੱਕ ਜੁੱਟ ਹੋ ਕੇ ਕੰਮ ਕਰ ਸਕਦੇ ਆ, ਪਰ ਇਹਨਾਂ ਦਾ ਆਪਸੀ ਪਾੜ ਕਰਕੇ ਇਹ ਗਾਂਹ ਵਿਕਾਸ ਨਹੀਂ ਕਾ ਹੋ ਰਿਹਾ। ਜੇਕਰ ਆਪਸੇ ਅਗਰ ਲੀਡਰਾਂ ਚਾਹਣ ਤਾਂ ਇੱਕ ਆਪਣੇ ਕਾਰਵਾਈ ਛੱਡ ਕੇ ਅਗਰ ਇਸ ਪਾਸੇ ਧਿਆਨ ਦੇਣ ਤਾਂ ਇਹਦਾ ਸੁਧਾਰ ਹੋ ਸਕਦਾ ਮੰਡੀ ਦਾ, ਇਹ ਇਤਿਹਾਸਿਕ ਮੰਡੀ ਆ, ਗੁਰੂਆਂ ਪੀਰਾਂ ਦੀ ਜਗ੍ਹਾ ਆ, ਅਤੇ ਅਗਰ ਇਹ ਚਾਹਣ ਤਾਂ ਬਹੁਤ ਕੁਛ ਕਰ ਸਕਦੇ ਆ। ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ? ਜਿਹੜੇ ਮੇਰੇ ਆਪਦੇ ਵਿਚਾਰ ਆ ਉਹ ਤਾਂ ਹੈ ਵੀ ਜਿੰਨੀਆਂ ਵੀ ਇੱਥੇ ਹੁਣ ਤੱਕ ਸਿਆਸੀ ਪਾਰਟੀਆਂ ਨੇ ਬੰਦੇ ਜਿੱਤੇ ਆ, ਨੁਮਾਇੰਦੇ ਜਿੰਨੇ ਜਿੱਤ ਗਏ, ਉਹਨਾਂ ਨੇ ਇੱਥੋਂ ਦਾ ਕੁਛ ਨਹੀਂ ਸਵਾਰਿਆ। ਜੇ ਦੇਖਿਆ ਜਾਵੇ ਵੀ ਮੁਲਾਜ਼ਮ ਵਾਲੀ ਗੱਲ ਕਰੀਏ ਤਾਂ ਉਹਨੇ ਪੇ ਕਮਿਸ਼ਨ ਤੁਹਾਨੂੰ ਲਾਗੂ ਕਰਾਂਗੇ, ਉਹ ਨਹੀਂ ਕੀਤਾ ਉਹਨੇ ਹਜੇ ਤੱਕ। ਜੇ ਕਿਸਾਨਾਂ ਦੀ ਗੱਲ ਕਰੀਏ, ਕਿਸਾਨਾਂ ਬਾਰੇ ਉਹਨੇ ਕਿਹਾ ਤੁਹਾਡੇ ਸਾਰੇ ਕਰਜ਼ੇ ਮਾਫ਼ ਕਰਾਂਗੇ, ਉਹ ਐਵੇਂ ਮਤਲਬ ਸਿਰ 'ਚ ਪੂਣੀ ਕੱਤੀ ਹੈ।
ਅਤੇ ਜਿੱਥੋਂ ਤੱਕ ਸਵਾਲ ਖੇਤ ਮਜ਼ਦੂਰਾਂ ਦਾ, ਉਹਨਾਂ ਨੂੰ 10 ਸਾਲ ਤਾਂ ਮਤਲਬ ਬਾਦਲ ਸਰਕਾਰ ਨੇ ਅਤੇ 5 ਸਾਲ ਹੀ 2 ਸਾਲ ਇਹਨੂੰ ਹੋ ਗਏ ਵੀ ਉਹਨਾਂ ਨੂੰ ਕਹਿੰਦੇ ਅਸੀਂ ਪਲਾਟ ਦੇਵਾਂਗੇ 5-5 ਮਰਲਿਆਂ ਦੇ, ਉਹ ਨਹੀਂ ਦਿੱਤੇ। ਦੇਖ ਲਓ ਕਿਹੜੇ ਪਾਸੋਂ ਕਿਹੜੀਆਂ ਸਰਕਾਰਾਂ ਨੇ ਕੀਤਾ ਕੁਛ, ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਕੁਛ ਸਵਾਰ ਰਹੀਆਂ। ਜੇ ਸਵਾਰ ਜੀ ਉਹਨਾਂ ਵੋਟਾਂ ਪਾ ਦਿੰਦੇ, ਅਸੀਂ ਤਾਂ ਵੋਟਾਂ ਪਾ ਪਾ ਕੇ ਥੱਕ ਜੇ ਜਾਣੇ। ਲੋਕਾਂ ਨੂੰ ਕੋਈ ਨਾ ਕੋਈ ਰਾਹ ਹੋਰ ਲੱਭਣਾ ਪਾਓ, ਜਿਹੜੀ ਵੋਟ ਵਾਲੀ ਖੇਡ ਖੇਡ ਰਹੇ ਆ ਇਹ ਨਿਰੀ ਮੁਰੀ ਸਰਮਾਏਦਾਰ ਪੱਖੀ ਹੈ। ਮੁੜ ਕੁੜ ਕੇ ਉਹ ਭਾਵਾਂ ਪਾਸਾ ਚਿੱਤ ਹੋਵੇ, ਉਹ ਭਾਵਾਂ ਮਤਲਬ ਉਹ ਹੋਵੇ, ਜਾਣੀ ਦੋਨੇ ਪਾਸੇ ਉਹਨਾਂ ਦਾ ਮਤਲਬ ਦੋਨਾਂ ਹੱਥੀਂ ਲੱਡੂ ਉਹਨਾਂ ਦੇ ਆ। 5 ਸਾਲ ਐਮ ਪੀ ਸਾਧੂ ਸਿੰਘ ਰਹੇ ਨੇ, ਉਹਨਾਂ ਨੇ ਵਿਕਾਸ ਕੀਤਾ ਕੋਈ? ਮੈਨੂੰ ਤਾਂ ਲੱਗਿਆ ਕਿ ਵਿਕਾਸ ਕੀਤਾ, ਜਿਹੜਾ ਇੰਨਾ ਹੀ ਕੀਤਾ ਉਹਨਾਂ ਨੇ ਵੀ ਉਹਨੂੰ ਜਿਹੜੇ 4 ਪੈਸੇ ਮਿਲੇ ਉਹ ਲੋਕਾਂ ਨੂੰ ਬਣ। ਹੋਰ ਪਾਰਟੀਆਂ ਹੀ ਕਰਦੀਆਂ ਸੀ? ਹੋਰ ਪਾਰਟੀਆਂ ਦਾ ਵੀ ਸਿਸਟਮ ਆਹੀ ਹੈ, ਮੈਂ ਤੁਹਾਨੂੰ ਦੱਸਦਾ ਪਾਰਟੀਆਂ ਦਾ ਮਤਲਬ ਕੀ ਹੈ। ਜਿਹੜਾ ਸਾਡਾ ਇੱਥੇ ਸਿਸਟਮ ਚੱਲ ਰਿਹਾ ਉਹ ਸਿਸਟਮ ਹੈਗਾ ਕੋਆਪਰੇਟ ਘਰਾਣਿਆਂ ਦਾ। ਕੋਆਪਰੇਟ ਘਰਾਣੇ ਇੱਥੇ ਸਾਡੇ 'ਤੇ ਰਾਜ ਕਰ ਰਹੇ ਹੈ, ਉਹਨਾਂ ਦੀਆਂ ਰਖਿਆ ਲਿਆ ਸਰਕਾਰਾਂ। ਦੱਸੋ ਕਿਹੜੀ ਸਰਕਾਰ ਹੈ ਕਹਿੰਦੀ ਵੀ ਅਸੀਂ ਕੋਆਪਰੇਟ ਘਰਾਣੇ ਦਾ ਜਿਹੜੀ ਜਿੰਨੀ ਮਤਲਬ ਉਹਨਾਂ ਦੀ ਜਾਇਦਾਦ ਹੈ, ਉਹਨਾਂ ਦਾ ਸਰਮਾਇਆ, ਉਹਨੂੰ ਜ਼ਬਤ ਕਰਕੇ ਅਸੀਂ ਮਤਲਬ ਕੌਮੀ 'ਚ ਲਿਆਵਾਂਗੇ? ਕੌਮੀ ਕਰਾਂਗੇ ਨਹੀਂ ਕੁਛ ਕਰਦੇ। ਜਿੰਨੇ ਭੋਵਤੀ ਵੱਡੇ ਸਰਦਾਰ ਹੈ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਉਹਨਾਂ ਨੂੰ ਹੜੱਪ ਕਰਕੇ ਅਸੀਂ ਮਤਲਬ ਉਹ ਜਾਇਦਾਦ ਜਿਹੜੀ ਹੈਗੀ ਹੈ ਸਰਕਾਰੀ ਹੋਊਗੀ, ਉਹ ਆਮ ਗਰੀਬਾਂ ਕਿਸਾਨਾਂ 'ਚ ਵੰਡੀ ਜਾਵੇ। ਇਹ ਸਾਰੇ ਮਤਲਬ ਸੁਧਾਰ ਹੋਣੇ ਚਾਹੀਦੇ ਹੈ। ਪਰ ਕਿਹੜੀ ਮਤਲਬ ਜਿਹੜੀ ਹੈਗੀ ਆ ਉਹ ਮੈਨੀਫੈਸਟੋ ਕਿਸੇ ਮਤਲਬ ਪਾਰਟੀ ਦਾ ਵੀ ਮਤਲਬ ਕਹਿੰਦਾ ਹੋਵੇ ਅਸੀਂ ਐਂ ਕਰਾਂਗੇ? ਇਹ ਤਾਂ ਕਿਸੇ ਨਹੀਂ ਕਿਹਾ, ਵੱਡੀ ਸਮੱਸਿਆ ਇਹ, ਇਹਦਾ ਹੱਲ ਹੈ। ਸੋ ਇਹ ਸੀ ਜ਼ਿਲ੍ਹਾ ਫਰੀਦਕੋਟ ਦੇ ਵੋਟਰਾਂ ਦੀ ਰਾਏ। ਵੋਟਰਾਂ ਦਾ ਕਹਿਣਾ ਹੈ ਕਿ ਲੀਡਰ ਜੋ ਵਾਅਦੇ ਕਰਦੇ ਸੀ ਉਹ ਆਪਣੇ ਵਾਅਦਿਆਂ 'ਤੇ ਖਰੇ ਨਹੀਂ ਉਤਰੇ, ਅਤੇ ਕਈ ਵੋਟਰਾਂ ਨੇ ਤਾਂ ਨੋਟਾਂ ਦਾ ਬਟਨ ਦੱਬਣ ਬਾਰੇ ਵੀ ਕਿਹਾ। ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਨਿਰਭਉਪ੍ਰੀਤ ਸਿੰਘ ਜੈਤੋ, ਸੱਚ ਦਾ ਸੁਨੇਹਾ।